This program is sponsored by Astro Tools, Harisar Engineering Company, Guru Machine Company and Royal Circle. Punjabi maan boli di chetna layi Tajinder Singh Mansa ne ik cycle yatra rahi Punjab de bak bak thama te ja lokan ate naujawanan nu jagruk karan da jo uprala bidhya hai tis de tahat ajj Ludhiana de Punjab Agriculture University vikhe pujjan te maan boli Punjabi nu pyar karan te pasar karan wale ਕੁਝ ਬੁੱਧੀਜੀਵੀਆਂ ਦੇ ਨਾਲ ਨਾਲ ਪੰਜਾਬੀ ਮਾਂ ਬੋਲੀ ਸਭਾ ਤੇ ਪੰਜਾਬੀ ਭਾਸ਼ਾ ਪਸਾਰ ਤੇ ਭਾਈਚਾਰਾ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਉਹਨਾਂ ਦਾ ਮੁੱਖ ਮੰਤਵ ਸਕੂਲਾਂ ਕਾਲਜਾਂ ਅਤੇ ਜਨਤਕ ਥਾਵਾਂ ਤੇ ਜਾ ਲੋਕਾਂ ਅਤੇ ਵਿਦਿਆਰਥੀਆਂ ਨੂੰ ਮਾਂ ਬੋਲੀ ਦੀ ਮਹੱਤਤਾ ਦੱਸਣਾ ਤੇ ਉਹਨਾਂ ਵਿੱਚ ਪੰਜਾਬੀ ਮਾਂ ਬੋਲੀ ਲਈ ਚੇਤਨਾ ਲਿਆਉਣਾ ਹੈ ਮੇਰਾ ਨਾਮ ਤੇਜਿੰਦਰ ਸਿੰਘ ਮਾਨਸਾ ਜੀ ਤੇ ਮੈਂ ਪੰਜਾਬੀ ਮਾਂ ਬੋਲੀ ਦੀ ਚੇਤਨਤਾ ਦੇ ਲਈ ਪੂਰੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਪੰਜਾਬੀ ਮਾਂ ਬੋਲੀ ਦੀ ਚੇਤਨਤਾ ਦੇ ਲਈ ਟੂਰ ਲਗਾਇਆ ਗਿਆ ਜਿਸ ਦੇ ਵਿੱਚ ਮਾਲਵਾ ਮੈਂ ਕਰ ਚੁੱਕਿਆ ਹਾਂਗਾ ਤੇ ਅੱਜ ਮੈਂ ਦੁਆਬੇ ਤੋਂ ਫਿਰ ਮਾਝੇ ਵੱਲ ਜਾਣਾ ਹੈਗਾ ਤੇ 12 ਅਕਤੂਬਰ ਤੋਂ ਸ਼ੁਰੂ ਕਰਕੇ 1 ਨਵੰਬਰ ਤੱਕ ਇਹ ਯਾਤਰਾ ਰਹੂਗੀ ਜਿਸ ਦੇ ਵਿੱਚ ਰਸਤੇ 'ਚ ਜਿੰਨੇ ਵੀ ਸਕੂਲ ਆ ਰਹੇ ਨੇ ਚਾਹੇ ਉਹ ਪ੍ਰਾਈਵੇਟ ਹੋਣ ਚਾਹੇ ਸਰਕਾਰੀ ਹੋਣ ਉੱਥੇ ਪੰਜਾਬੀ ਸੋਹਣੀ ਅਤੇ ਸ਼ੁੱਧ ਲਿਖਾਈ ਦੀਆਂ ਕਲਾਸਾਂ ਲਗਾਉਣਾਗਾ ਅਤੇ ਸੱਥਾਂ ਦੇ ਵਿੱਚ ਜਾ ਕੇ ਬੱਸ ਅੱਡਿਆਂ ਦੇ ਵਿੱਚ ਜਾ ਕੇ ਪੰਜਾਬੀ ਮਹਾਰਨੀ ਬਣਦੇ ਹਾਂ ਤਾਂ ਕਿ ਜਿਹੜੇ ਸਾਡੀ ਪੀੜ੍ਹੀ ਹੈ ਉਹ ਪੰਜਾਬੀ ਨਾਲ ਜੁੜੇ ਉਹ ਪੰਜਾਬੀ ਦੇ ਸ਼ਬਦ ਨਾ ਭੁੱਲੇ ਬੱਚਿਆਂ ਨੂੰ ਜੱਜੇ ਅਤੇ ਝੱਜੇ 'ਚ ਗੱਗੇ ਅਤੇ ਘੱਗੇ 'ਚ ਬੱਬੇ ਅਤੇ ਬੱਬੇ 'ਚ ਫਰਕ ਨਹੀਂ ਪਤਾ ਇਦੋਂ ਬਾਅਦ ਸਿਹਾਰੀ ਅਤੇ ਬਿਹਾਰੀ 'ਚ ਫਰਕ ਨਹੀਂ ਪਤਾ ਪ੍ਰਾਈਵੇਟ ਸਕੂਲਾਂ ਵਾਲੇ ਬਿਹਾਰੀ ਨੂੰ ਬੜੀ ਈਕੀ ਮਾਤਰਾ ਕਹਿਣ ਲੱਗ ਪਏ ਤਾਂ ਇਸ ਗੰਭੀਰ ਮੁੱਦੇ 'ਤੇ ਮੈਨੂੰ ਪੂਰੇ ਪੰਜਾਬ ਦੀ ਯਾਤਰਾ 'ਤੇ ਨਿਕਲਣਾ ਪਿਆ ਅੱਜ ਮੈਂ ਲੁਧਿਆਣਾ ਪਹੁੰਚਿਆ ਅਤੇ ਇੱਥੇ ਜਿਹੜੇ ਲੇਖਕ ਕਬੀਰ ਨੇ ਉਹ ਪਹੁੰਚੇ ਨੇ ਮਾਂ ਬੋਲੀ ਸਭਾ ਪਹੁੰਚੀ ਹੈ ਪੰਜਾਬੀ ਭਾਈਚਾਰਾ ਸੱਥ ਪਹੁੰਚੀ ਹੈ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ ਰਸਤੇ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੇ ਇਸ ਦਾ ਰਿਸਪੌਂਸ ਮਿਲਿਆ ਕਿਸ ਤਰ੍ਹਾਂ ਦੇ ਲੋਕਾਂ ਨੇ ਲਗਾਇਆ ਰਸਤੇ ਦੇ ਵਿੱਚ ਬਹੁਤ ਸਕੂਲ ਮੈਨੂੰ ਮਿਲਦੇ ਨੇ ਅਤੇ ਉਹਨਾਂ ਦਾ ਬਹੁਤ ਵਧੀਆ ਰੁਝਾਨ ਹੈ ਇਸ 'ਤੇ ਅਤੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਕਿ ਵੀ ਪੰਜਾਬੀ ਮਾਂ ਬੋਲੀ ਦੀ ਕੋਈ ਸੇਵਾ ਕਰਨ ਲਈ ਨਿਕਲਿਆ ਗਾ ਅਤੇ ਉਹ ਬੱਚੇ ਵੀ ਬਹੁਤ ਜੇਕਰ ਉਹਨਾਂ ਨੂੰ ਸਿਖਾਇਆ ਜਾਵੇ ਤਾਂ ਉਹ ਸਿੱਖਣ ਲਈ ਰਾਜ਼ੀ ਵੀ ਨੇ ਅਤੇ ਉਹਨਾਂ ਨੂੰ ਪੰਜਾਬੀ ਸੋਹਣੀ ਲਿਖਾਈ ਬਾਰੇ ਜਦੋਂ ਸਿਖਾਉਂਦੇ ਆ ਤਾਂ ਬੱਚੇ ਬਹੁਤ ਜੀ ਜਾਨ ਨਾਲ ਸਿੱਖ ਰਹੇ ਨੇ ਮੇਰਾ ਨਾਮ ਮਹਿੰਦਰ ਸਿੰਘ ਸੇਖੋਂ ਆਈ ਸਾਡੀਆਂ ਦੋ ਸੰਸਥਾਵਾਂ ਹੈਗੀਆਂ ਨੇ ਇੱਕ ਮੇਰੀ ਮਾਂ ਬੋਲੀ ਪੰਜਾਬੀ ਸਭਾ ਰਜਿਸਟਰਡ ਅਤੇ ਇੱਕ ਜਿਹੜੀ ਨਵੀਂ ਜਿਹੜੀ ਹੁਣੇ ਅਸੀਂ ਸ਼ੁਰੂ ਕੀਤੀ ਆ ਉਹ ਹੈਗੀ ਆ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਅਤੇ ਜਿਹੜੇ ਨੀਂਹ ਜਿਨ੍ਹਾਂ ਨੇ ਰੱਖੀ ਆ ਉਹਨਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਉਸ ਤੋਂ ਬਾਅਦ ਮਿੱਤਰ ਸੈਨ ਮੀਤ ਜੀ ਸਾਹਿਤਕਾਰ ਜਿਹੜੇ ਨੇ ਅਤੇ ਐਡਵੋਕੇਟ ਹਰੀ ਚੰਦ ਅਰੋੜਾ ਜੀ ਜਿਹੜੇ ਕਿ ਹਾਈ ਕੋਰਟ ਦੇ ਵਕੀਲ ਨੇ ਅਤੇ ਪੰਜਾਬੀ ਬੋਲੀ ਦੇ ਬਹੁਤ ਹੀ ਬੜੇ ਮੁੱਦਾ ਹੀ ਨੇ ਤੁਸੀਂ ਤੇਜਿੰਦਰ ਸਿੰਘ ਜੀ ਨੂੰ ਸਵਾਲ ਕੀਤਾ ਸੀਗਾ ਵੀ ਉਹ ਸਰਕਾਰ ਨੇ ਕੀ ਕਰ ਰਹੀ ਆ 1908 ਦੇ ਵਿੱਚ 1967 ਦੇ ਵਿੱਚ ਜਿਹੜੀ ਆਪਣੀ ਪੰਜਾਬੀ ਰਾਜ ਭਾਸ਼ਾ ਐਕਟ ਬਣੀ ਆ ਉਸ ਦੇ ਤਹਿਤ ਪੰਜਾਬੀ ਨੂੰ ਸਰਕਾਰਾਂ ਆਪਣੇ ਦਫ਼ਤਰਾਂ ਦੀ ਜਿਹੜੀ ਹੈਗੀ ਆ ਭਾਸ਼ਾ ਬਣਾਉਣ ਦੇ ਬਾਰੇ ਗੱਲ ਕੀਤੀ ਗਈ ਸੀ ਸਾਰਾ ਕੰਮ ਕਾਜ ਉਹਦੇ 'ਚ ਹੋਵੇ ਪਰ ਉਹ ਕੀਤਾ ਨਹੀਂ ਸੀਗਾ 2008 ਦੇ ਵਿੱਚ ਉਸ ਨੂੰ ਫਿਰ ਤੋਂ ਨਵੇਂ ਸਿਰੇ ਤੋਂ ਕਿਹਾ ਗਿਆ ਅਤੇ ਇੱਕ ਹੋਰ ਵੀ ਐਕਟ ਜਿਹੜੀ ਉਹਦੇ 'ਚ ਸ਼ਾਮਿਲ ਕੀਤੀ ਗਈ ਉਹ ਸੀਗੀ ਕਿ ਦ ਪੰਜਾਬ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜਿਸ ਐਕਟ ਉਸ ਦੇ ਤਹਿਤ ਪਹਿਲੀ ਤੋਂ ਲੈ ਕੇ 10ਵੀਂ ਤੱਕ ਪੰਜਾਬੀ ਜਾਂ ਜਿਹੜਾ ਵਿਸ਼ਾ ਹੈਗਾ ਉਹ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਬਾਰੇ ਗੱਲ ਹੋਈ ਸੀਗੀ ਅਤੇ ਉਹਦੇ ਵਿੱਚ ਇਹ ਵੀ ਆ ਕਿ ਚਾਹੇ ਉਹ CBSE ਸਕੂਲ ਆ ਚਾਹੇ ਉਹ ICSE ਸਕੂਲ ਆ ਕਿਸੇ ਵੀ ਬੋਰਡ ਦਾ ਸਕੂਲ ਹੋਵੇ ਉਹਨਾਂ ਨੂੰ ਇਹ ਮੰਨਣਾ ਹੀ ਪਊਗਾ ਇਸ ਦੇ ਨਾਲ ਜਿੱਥੋਂ ਤੱਕ ਜਦੋਂ ਤੱਕ ਬੱਚਾ ਪਹਿਲੀ ਆਪਣਾ 10ਵੀਂ ਪੰਜਾਬੀ ਵਿਸ਼ੇ ਨਾਲ ਪਾਸ ਨਹੀਂ ਹੁੰਦਾ ਉਹਨਾਂ ਚਿਰ ਉਹਨੂੰ ਕੋਈ ਵੀ ਜਿਹੜੀ ਹੈਗੀ ਆ ਬੋਰਡ ਉਹ ਪਾਸ ਹੋਣ ਦਾ ਸਰਟੀਫਿਕੇਟ ਨਹੀਂ ਦੇ ਸਕਦਾ ਇਹ ਜਣੀ ਇਹ ਐਕਟ ਦੇ ਵਿੱਚ ਆ ਹੁਣ ਜਿਹੜਾ ਹੈਗਾ ਡਾਇਰੈਕਟਰ ਸਿੱਖਿਆ ਵਿਭਾਗ ਨੇ ਉਹ ਸਾਰੇ ਜਿੰਨੇ ਵੀ ਇਹ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਹੈਗੇ ਆ ਉਹ ਸਾਰਿਆਂ ਨੂੰ ਇੱਕ ਸਰਕੂਲਰ ਭੇਜਿਆ ਜਿੱਥੇ ਕਿ ਇਸ ਨੂੰ NBIN ਇਸ ਐਕਟ ਨੂੰ NBIN ਲਾਗੂ ਕਰਾਉਣ ਬਾਰੇ ਗੱਲ ਕਹੀ ਗਈ ਆ ਅਤੇ ਦੂਸਰੀ ਜਿਹੜੀ ਚੀਜ਼ ਆ ਕਿ ਜਿਹੜੀ ਅੰਗਰੇਜ਼ੀ ਮੀਡੀਅਮ ਸਕੂਲ ਨੇ ਜਿਹੜੇ ਮਾਧਿਅਮ ਸਕੂਲ ਨੇ ਉਹਨਾਂ ਦੇ ਵਿੱਚ ਬੱਚੇ ਜਦੋਂ ਪੰਜਾਬੀ ਬੋਲਦੇ ਆ ਤਾਂ ਉਹਨਾਂ ਨੂੰ ਜੁਰਮਾਨਾ ਕੀਤਾ ਜਾਂਦਾ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਅਤੇ ਮਨਾਹੀ ਕੀਤੀ ਜਾਂਦੀ ਆ ਇਹ ਡਾਇਰੈਕਟਰ ਸਿੱਖਿਆ ਵਿਭਾਗ ਨੇ ਇਹ ਆਪਣੇ ਸਰਕੂਲਰ ਦੇ ਵਿੱਚ ਇਹ ਦੱਸਿਆ ਕਿ ਇਹ ਜਿਹੜਾ ਹੈਗਾ ਇਹ ਪੰਜਾਬੀ ਬੋਲੀ ਦੇ ਆਧਾਰ 'ਤੇ ਬਣੇ ਹੋਏ ਸੂਬੇ ਦੇ ਵਿੱਚ ਇਹ ਜਿਹੜੇ ਬਹੁਤ ਵੱਡੀ ਉਲੰਘਣਾ ਹੈਗੀ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈਗੀ ਇਹ ਜਿਹੜਾ ਨਾ ਕੀਤਾ ਜਾਵੇ ਅਤੇ ਇਸ ਦੀ ਖਾਤਰ ਜਿਹੜੇ ਸਿੱਖਿਆ ਅਫਸਰ ਨੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਉਹਨਾਂ ਨੂੰ ਉਹਦੇ 'ਤੇ ਮੁਸ਼ਤੈਦ ਹੋ ਕੇ ਖੜ੍ਹਨਾ ਪਊਗਾ ਅਤੇ ਜਿਹੜੀ ਸਾਡੀ ਸਭਾ ਬਣੀ ਆ
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਉਹਦੇ ਵਿੱਚ ਹਿੰਦੂ ਵੀਰ ਵੀ ਨੇ, ਮੁਸਲਮਾਨ ਵੀਰ ਵੀ ਨੇ, ਸਿੱਖ ਵੀਰ ਵੀ ਨੇ, ਈਸਾਈ ਵੀਰ ਵੀ ਨੇ ਅਤੇ ਸਾਰਿਆਂ ਦੀ ਜਾਣੀ ਇਹ ਭਾਸ਼ਾ ਹੈਗੀ ਆ ਅਤੇ ਸਾਨੂੰ ਪਾਕਿਸਤਾਨੀ ਪੰਜਾਬੀਆਂ ਵੱਲੋਂ ਵੀ ਬਹੁਤ ਵੱਡਾ ਹੰਗਾਰਾ ਮਿਲਿਆ ਇਸ ਦੀ ਖਾਤਰ ਅਤੇ ਇਹਦਾ ਜਿਹੜਾ ਸਾਡਾ ਜਾਣੀ ਹੈਗਾ ਆ ਮੰਤਵ ਇਹੀ ਆ ਕਿ ਜਿਹੜੀ ਆ ਸਰਕਾਰ ਨੇ ਹੁਣ ਸਰਕੂਲਰ ਕੱਢਿਆ 5 ਸਤੰਬਰ 2018 ਨੂੰ ਕਿ ਸਾਰੇ ਦਫ਼ਤਰਾਂ ਦੇ ਵਿੱਚ ਜਿਹੜੀ ਪੰਜਾਬੀ ਆ ਉਹ ਕੰਮਕਾਜ ਦੀ ਭਾਸ਼ਾ ਉਹ ਹੋਣੀ ਚਾਹੀਦੀ ਆ, ਸਾਰੀਆਂ ਵੈਬਸਾਈਟਾਂ ਪੰਜਾਬੀ 'ਤੇ ਹੋਣੀਆਂ ਚਾਹੀਦੀਆਂ। ਇਹਦੇ ਉੱਤੇ ਅਸੀਂ ਹਰ ਵਿਭਾਗ ਦੇ ਵਿੱਚ ਜਾਵਾਂਗੇ, ਉਹਨਾਂ ਨੂੰ ਦਰਖਾਸਤ ਕਰਾਂਗੇ ਕਿ ਇਹ ਚੀਜ਼ ਆ ਜਿਹੜੀ ਲਾਗੂ ਕੀਤੀ ਜਾਵੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।